ਅੱਛਾ ਵੀਰੋ 2023 ਜਿਹੜਾ ਆ ਉਹ ਚੜਿਆ ਆ ਤੇ ਹਰ ਸਾਲ ਜਦੋਂ ਅਸੀਂ ਆਉਂ ਉਹ ਕੁਝ ਨਾ ਕੁਝ ਪਲਾਨ ਕਰਦੇ ਆ ਸੋ 2023 ਦੇ ਵਿੱਚ ਕੁਝ ਚੀਜ਼ਾਂ ਦਾ ਬਹੁਤ ਖਿਆਲ ਰੱਖਿਓ ਤਾਂ ਕਿ ਤੁਹਾਨੂੰ ਜਿਹੜੀ ਉਹ ਪੈਸਿਆਂ ਦੀ ਦਿੱਕਤ ਨਾ ਹੋਵੇ ਮੰਥਲੀ ਇਨਵੈਸਟਮੈਂਟ ਹੈਲਥ ਇੰਸ਼ੋਰੈਂਸ ਹੋਰ ਵੀ ਕਈ ਸਾਰੀਆਂ ਗੱਲਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੋਗੇ ਯਕੀਨ ਮੰਨਿਓ ਕਿ ਕਿਤੇ ਨਾ ਕਿਤੇ ਤੁਸੀਂ ਜਿਹੜਾ ਆ ਉਹ ਬਹੁਤ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਸਾਲ ਆ ਉਹ ਪਾਰ ਕਰ ਜਾਓਗੇ ਸਭ ਤੋਂ ਪਹਿਲਾਂ ਬਜਟ ਤਿਆਰ ਕਰੋ ਹਰੇਕ ਸਾਲ ਦੇ ਲਈ ਤੇ ਉਸ ਦੇ ਹਿਸਾਬ ਨਾਲ ਫਿਰ ਜਿਹੜਾ ਉਹ ਪਲਾਨ ਕਰੋ ਡਿਸਪਲਿਨ ਬਹੁਤ ਜ਼ਰੂਰੀ ਆ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ ਜੇਕਰ ਖਰਚਾ ਆਊਟ ਆਫ ਕੰਟਰੋਲ ਕਰੂਗੇ ਤਾਂ ਤੁਹਾਨੂੰ ਜਿਹੜੀ ਉਹ ਪ੍ਰੋਬਲਮ ਹੋਏਗੀ ਹੋਏਗੀ ਐਮਰਜੈਂਸੀ ਫੰਡ ਬਣਾਓ ਕੁਛ ਨਾ ਕੁਛ ਪੈਸਾ ਆਪਣੇ ਕੋਲ ਜ਼ਰੂਰ ਰੱਖੋ ਜੇ ਕੋਈ ਬਿਮਾਰੀ ਜਾਂ ਫਿਰ ਕੋਈ ਵਿਆਹ ਕੋਈ ਸ਼ਾਦੀ ਕੋਈ ਖੁਸ਼ੀ ਕੋਈ ਗਮ ਐਦਾ ਦਾ ਪਰਿਵਾਰ ਦੇ ਵਿੱਚ ਆ ਜਾਵੇ ਤਾਂ ਐਮਰਜੈਂਸੀ ਫੰਡ ਜਿਹੜਾ ਉਹ ਕਢਵਾ ਕੇ ਤੁਸੀਂ ਆਪਣਾ ਖਰਚ ਕਰ ਸਕੋ ਮੈਡੀਕਲ ਇੰਸ਼ੋਰੈਂਸ ਤੁਸੀਂ ਦੇਖਿਆ ਕਿ ਪੂਰੀ ਦੁਨੀਆ ਦੇ ਵਿੱਚ ਪਿਛਲਾ ਸਾਲ ਵੀ ਕਿਦਾਂ ਦਾ ਰਿਹਾ ਸੋ ਮੈਡੀਕਲ ਇੰਸ਼ੋਰੈਂਸ ਜਿਹੜੀ ਆ ਉਹ ਪਰਿਵਾਰ ਦੇ ਲਈ ਬਹੁਤ ਜ਼ਰੂਰੀ ਆ ਤਾਂ ਕਿ ਜੇਕਰ ਕੋਈ ਪ੍ਰੋਬਲਮ ਹੋਵੇ ਤਾਂ ਐਟਲੀਸਟ ਤੁਹਾਡੇ ਕੋਲ ਮੈਡੀਕਲ ਇੰਸ਼ੋਰੈਂਸ ਹੋਵੇ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਮਨਥਲੀ ਨਿਵੇਸ਼ ਜਿਹੜਾ ਉਹ ਜਰੂਰ ਕਰੋ ਆਰ ਡੀ ਐਫ ਡੀ ਕੋਈ ਨਾ ਕੋਈ ਚੀਜ਼ ਜਿਹੜੀ ਇਦਾਂ ਦੀ ਜਰੂਰ ਖਲਾਓ ਜਿਹਦੇ ਵਿੱਚ ਕਿ ਥੋੜੇ ਥੋੜੇ ਪੈਸੇ ਜਿਹੜੇ ਉਹ ਹਰੇਕ ਮਹੀਨੇ ਤੁਸੀਂ ਸੇਵ ਜਰੂਰ ਕਰੋ ਤੇ ਸਭ ਤੋਂ ਜ਼ਰੂਰੀ ਗੱਲ ਕਰਜ਼ੇ ਲੈਣ ਤੋਂ ਬਚੋ ਜਦ ਤੱਕ ਪਾਣੀ ਸਿਰ ਤੋਂ ਨਾ ਨੰਗ ਜਵੇ ਕਰਜ਼ਾ ਜਿਹੜਾ ਉਹ ਨਾ ਲਓ ਇਹੀ ਕੋਸ਼ਿਸ਼ ਕਰੋ ਕਿ ਜਿਹੜਾ ਖਰਚਾ ਆ ਉਹ ਕੰਟਰੋਲ ਦੇ ਵਿੱਚ ਰਵੇ ਤਾਂ ਖਰਚਾ ਜਿਹੜਾ ਉਹ ਤੁਹਾਨੂੰ ਨਾ ਲੈਣਾ ਪਵੇ ਦੋਸਤੋ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਜਿਹੜਾ ਆ ਉਹ ਭਵੇਖ ਬਹੁਤ ਸੋਹਣਾ ਹੋ ਜਾਂਦਾ ਆ ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਐਪਲਾਈ ਕਰਿਆ ਕਰੋ ਡਿਸਪਲਨ ਰੱਖਿਆ ਕਰੋ ਤੁਸੀਂ ਦੇਖਿਓ ਕਿ ਪਿਛਲੇ ਸਾਲ ਤੇ ਇਸ ਸਾਲ ਦੇ ਵਿੱਚ ਇੱਕ ਬਹੁਤ ਵੱਡਾ ਅੰਤਰ ਤੁਸੀਂ ਜਿਹੜਾ ਉਹ ਪਾਉਂਗੇ ਬਾਕੀ ਦੋਸਤੋ ਖੁਸ਼ ਰਹੋ ਤਾਂ ਜਿੰਦਾਬਾਦ ਰਹੋ